ਸਭ ਅਸੀਂ ਜਿਹੜਾ ਜਿਹਨੂੰ ਟੈਂਡਰ ਜਾਂ ਆਰ ਐਫ ਪੀ ਕਹਿੰਦੇ ਆ ਉਹ ਤਾਂ ਅਸੀਂ ਫਲੋਟ ਕਰਤਾ ਸੀ, ਪਰ ਕਿਉਂਕਿ ਉਹ ਇਲੈਕਸ਼ਨ ਕੋਡ ਲੱਗ ਗਿਆ ਤਾਂ ਉਹ ਅਖਬਾਰਾਂ 'ਚ ਬਾਊਂਸ ਹੋ ਗਿਆ। ਤਾਂ ਜਿਸ ਦਿਨ ਇਲੈਕਸ਼ਨਾਂ ਦੇ ਨਤੀਜੇ ਆ ਗਏ ਤਾਂ ਉਸੇ ਦਿਨ ਟੈਂਡਰ ਜਿਹੜਾ ਉਹ ਫਲੋਟ ਕਰ ਦਿੱਤਾ ਜਾਏਗਾ, ਗਲੋਬਲ ਟੈਂਡਰ ਹੋਏਗਾ, ਮਾਰਚ ਤੱਕ ਹੋ ਜਾਏਗਾ ਜੇ ਰੱਬ ਨੇ ਚਾਹਿਆ ਤਾਂ ਮਾਰਚ ਤੱਕ।